ਇੱਥੇ ਲੰਗਰ ਛਕਾਉਂਦੀ ਸੀਗੀ ਜੀ, ਅਤੇ ਮੁੜ ਕੇ ਇਹਦਾ ਮਾਰਿਆ, ਜਦੋਂ ਮਾਰਿਆ ਇਹ ਡਿੱਗ ਪਿਆ, ਇਹਦੀ ਧੌਣ ਟੁੱਟ ਗਈ ਜਦੋਂ ਡਿੱਗਿਆ, ਇਹ ਰਾੜ ਮਾਰੀ ਜਦੋਂ ਉਹਨੇ ਪਹਿਲੀ ਰਾਤ ਨੂੰ ਰਹਿੰਦੇ ਸੀਗੇ ਅਤੇ ਰਾਤ ਅਚਾਨਕ ਕਿਸੇ ਨੇ ਇਹਦੇ ਸਿਰ 'ਤੇ ਰਾੜਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ। ਮੈਂ ਆਖੇ ਜੀ ਨਾ ਮਾਰੋ, ਉਹ ਨਹੀਂ ਹਟੇ ਜੀ ਮੇਰੇ ਆਖੇ, ਜਦੋਂ ਮਰ ਕੇ ਜਾਵਾਂ ਤਾਂ ਉਹਦੇ ਮੈਨੂੰ ਕਹਿੰਦੇ ਤੈਨੂੰ ਅੱਜ ਘਰੇ ਲੈ ਚੱਲਦੇ, ਤੂੰ ਐਂ ਕਹਿੰਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ, ਤੈਨੂੰ ਛੱਡ ਦਾਂਗੇ। ਲੰਗਰ ਛਕਣਾ ਕਹਿੰਦੇ, ਉਹ ਕਹਿੰਦੇ ਨਹੀਂ ਛਕਣਾ ਲੰਗਰ, ਤੇ ਉਹ ਕਹਿੰਦਾ ਤੂੰ ਬਾਹਰ ਨਿਕਲ, ਇਹ ਬਾਹਰ ਨਿਕਲ ਆਇਆ, ਤੇ ਮੁੜ ਕੇ ਇਹਦਾ ਮਾਰਿਆ, ਜਦੋਂ ਮਾਰਿਆ ਇਹ ਡਿੱਗ ਪਿਆ, ਇਹਦੀ ਧੌਣ ਟੁੱਟ ਗਈ ਜਦੋਂ ਡਿੱਗਿਆ, ਇਹ ਰਾੜ ਮਾਰੀ ਜਦੋਂ ਉਹਨੇ ਪਹਿਲੀ, ਜਦੋਂ ਦੂਜੀ ਮਾਰੀ ਉਹਦੇ ਸਿਰ 'ਚ ਮਾਰੀ, ਜਦੋਂ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ। ਮੈਂ ਆਖੇ ਜੀ ਨਾ ਮਾਰੋ, ਉਹ ਨਹੀਂ ਹਟੇ ਜੀ ਮੇਰੇ ਆਖੇ, ਜਦੋਂ ਮਰ ਕੇ ਜਾਵਾਂ ਤਾਂ ਉਹਦੇ ਮੈਨੂੰ ਕਹਿੰਦੇ ਤੈਨੂੰ ਅੱਜ ਘਰੇ ਲੈ ਚੱਲਦੇ, ਤੂੰ ਐਂ ਕਹਿੰਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ, ਤੈਨੂੰ ਛੱਡ ਦਾਂਗੇ। ਅਤੇ ਕੀ ਤੁਹਾਨੂੰ ਜਾਣਦੇ ਨਹੀਂ ਸੀ, ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ? ਘਰ ਮੈਂ ਲੈ ਕੇ ਗਈ ਜੀ ਉਹਨਾਂ ਨੂੰ। ਅੱਛਾ, ਹਾਂਜੀ, ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ? ਉਹ ਕਹਿੰਦੇ ਸਾਡਾ ਨਾਂ ਨਾ ਲਈ। ਅੱਛਾ, ਤੈਨੂੰ ਤੁਹਾਨੂੰ ਮਾਰ ਦਿੰਦੇ ਸੀ। ਨਹੀਂ ਤੁਸੀਂ ਜਾਣਦੇ ਹੋ ਉਹਨਾਂ ਨੂੰ? ਨਹੀਂ ਜੀ, ਮੈਂ ਜਾਣਦੀ। ਕਿੱਥੋਂ ਦੇ ਬੰਦੇ ਆ ਉਹ? ਬੰਦੇ ਨਹੀਂ ਜਾਣਦੀ ਜੀ। ਕਾਸ ਤੇ ਆਏ ਸੀ ਤੇ ਤੁਹਾਨੂੰ ਕਾਸ ਛੱਡ ਕੇ ਆਏ ਹੋ? ਉਹ ਤੁਰਕੀ ਛੱਡ ਕੇ ਗਏ। ਤੁਰਕੀ ਆਏ ਸੀਗੇ? ਕਿੰਨੇ ਜਾਣੇ ਸੀ? ਦੋ ਜਾਣੇ ਜੀ। ਠੀਕ ਹੈ, ਟਾਈਮ ਕਿੰਨੇ ਕੁ ਵਜੇ ਦਾ ਸੀਗਾ ਅੰਦਾਜ਼ਾ? ਟਾਈਮ 10 ਵਜੇ ਤਾਂ ਮਾਰਤਾ ਸੀਗੇ ਜੀ, ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ। ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ? ਮੈਨੂੰ ਡਰਾਤਾ ਜੀ ਉਹਨਾਂ ਨੇ। ਤੁਹਾਡਾ? ਮੇਰਾ ਨਾਮ ਲੱਭੀ ਸਿੰਘ ਲੱਭੀ ਪਰਤਾਂ ਲੇਖਕਾਂ। ਕੀ ਹੋਇਆ ਜੀ, ਕੀ ਗੱਲਬਾਤ ਸੀ, ਕੀ ਕੌਣ ਸੀਗੇ ਤੇ ਇੱਥੇ ਕੀ ਕਰ ਰਹੇ ਸੀਗੇ? ਇਹ ਸਾਡੇ ਹੀ ਪਿੰਡ ਦਾ ਵਿਅਕਤੀ ਸੀਗਾ, ਬਚਿੱਤਰ ਸਿੰਘ ਬੱਗਾ ਖਾਲਸਾ ਜੀ, ਇਹ ਜਸਵੀਰ ਸਿੰਘ। ਇਹ ਇਹਨਾਂ ਨੇ ਲੰਗਰ ਲਾਇਆ ਸੀਗਾ 3-4 ਦਿਨ ਪਹਿਲਾਂ ਇੱਥੇ, ਇਹਨਾਂ ਨੇ ਲੰਗਰ 'ਤੇ ਡਿਊਟੀ ਸੀਗੀ ਇਹਨਾਂ ਦੀ। ਕਾਹਦੇ ਸੰਬੰਧ 'ਚ ਲਾਇਆ ਸੀ ਇਹ ਲੰਗਰ? ਅਸੀਂ ਵਿਧੇੜਾ ਨੂੰ ਲੈ ਕੇ ਇਹਨਾਂ ਨੇ ਲੰਗਰ ਚਲਾਇਆ ਹੋਇਆ ਸੀਗਾ, 3-4 ਦਿਨ ਹੋ ਗਏ, ਤਾਂ ਉਹਦੇ ਕਰਕੇ ਹੀ ਇੱਥੇ ਰਾਤ ਨੂੰ ਰਹਿੰਦੇ ਸੀਗੇ, ਅਤੇ ਰਾਤ ਅਚਾਨਕ ਕਿਸੇ ਨੇ ਇਹਦੇ ਸਿਰ 'ਤੇ ਰਾੜਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ। ਨਹੀਂ ਨਹੀਂ ਇਹ ਇਕੱਲੇ ਹੀ ਰਹਿੰਦੇ ਸੀ, ਇਹਨਾਂ ਦੇ ਨਾਲ ਹੋਰ ਕੌਣ ਰਹਿੰਦਾ ਸੀ? ਇਹਨਾਂ ਦੇ ਨਾਲ ਫਿਲਹਾਲ ਤਾਂ ਇੱਥੇ ਇਕੱਲੇ ਹੀ ਹੁੰਦੇ ਸੀ, ਕਦੇ ਕਦੇ 1-2 ਬੰਦੇ ਆ ਜਾਂਦੇ ਸੀਗੇ ਜੀ, ਰਾਤ ਇਹ ਇਕੱਲੇ ਸੀਗੇ, ਨਾਲ ਇਹਨਾਂ ਦੀ ਘਰ ਵਾਲੀ ਸੀਗੀ ਇੱਥੇ, ਇਸੇ ਕਰਕੇ ਰਾਤ ਇਕੱਲੀ ਸੀਗੀ। ਇਹ ਕੌਣ, ਕੀ ਸੀਗੇ, ਤੁਹਾਡੇ ਘਰ ਵਾਲੇ ਸੀਗੇ? ਕੀ ਨਾਮ ਸੀ? ਕੀ ਗੱਲ ਹੋਈ ਹੈ ਜੀ? ਕਿਵੇਂ ਇਹ ਜੀ ਕਹਿੰਦੇ ਆ ਗਏ ਉਹ ਭਾਈ, ਕਹਿੰਦੇ ਪ੍ਰਸ਼ਾਦਾ ਛਕ ਲਓ, ਉਹ ਕਹਿੰਦੇ ਨਹੀਂ ਛਕਣਾ, ਉਹਨੂੰ ਕਹਿੰਦੇ ਬਾਹਰ ਨਿਕਲ, ਇਹ ਬਾਹਰ ਨਿਕਲ ਆਇਆ, ਅਤੇ ਮੁੜ ਕੇ ਇਹਦੀ ਧੌਣ 'ਚ ਮਾਰੀ, ਅਤੇ ਧੌਣ 'ਚ ਮੁੜ ਕੇ ਦੂਜੀ ਮਾਰੀ ਨਾ ਮਰਿਆ, ਤੀਜੀ ਮਾਰੀ ਤਿੰਨ ਮਾਰ ਮਰਿਆ, ਮਰ ਗਿਆ। ਨਹੀਂ ਨਹੀਂ ਕੌਣ ਬੰਦੇ ਸੀ ਤੁਹਾਨੂੰ ਪਛਾਣ ਸੀਗੀ? ਫਿਰ ਕੀ ਹੋਇਆ? ਬੋਲੇ ਸੀਗੇ ਕਿ ਬੋਲੇ ਸੀਗੇ ਜੀ, ਮੂੰਹ ਸਿਰ ਢਕੇ ਹੋਏ ਸੀਗੇ, ਇੱਕ ਮੂੰਹ ਢਕਿਆ ਸੀਗਾ ਜਿਹਨੇ ਮਾਰਿਆ। ਲੰਗਰ ਛਕਣਾ ਕਹਿੰਦੇ, ਉਹ ਕਹਿੰਦੇ ਨਹੀਂ ਛਕਣਾ ਲੰਗਰ, ਤੇ ਉਹ ਕਹਿੰਦਾ ਤੂੰ ਬਾਹਰ ਨਿਕਲ, ਇਹ ਬਾਹਰ ਨਿਕਲ ਆਇਆ, ਤੇ ਮੁੜ ਕੇ ਇਹਦਾ ਮਾਰਿਆ, ਜਦੋਂ ਮਾਰਿਆ ਇਹ ਡਿੱਗ ਪਿਆ, ਇਹਦੀ ਧੌਣ ਟੁੱਟ ਗਈ ਜਦੋਂ ਡਿੱਗਿਆ, ਇਹ ਰਾੜ ਮਾਰੀ ਜਦੋਂ ਉਹਨੇ ਪਹਿਲੀ, ਜਦੋਂ ਦੂਜੀ ਮਾਰੀ ਉਹਦੇ ਸਿਰ 'ਚ ਮਾਰੀ, ਜਦੋਂ ਤੀਜੀ ਮਾਰੀ ਉਹ ਤਾਂ ਪਿੱਛੇ ਰਹਿ ਗਿਆ ਜੀ। ਮੈਂ ਆਖੇ ਜੀ ਨਾ ਮਾਰੋ, ਉਹ ਨਹੀਂ ਹਟੇ ਜੀ ਮੇਰੇ ਆਖੇ, ਜਦੋਂ ਮਰ ਕੇ ਜਾਵਾਂ ਤਾਂ ਉਹਦੇ ਮੈਨੂੰ ਕਹਿੰਦੇ ਤੈਨੂੰ ਅੱਜ ਘਰੇ ਲੈ ਚੱਲਦੇ, ਤੂੰ ਐਂ ਕਹਿੰਦੇ ਵੀ ਇਹਦੇ ਘਰ ਵਾਲੀ ਨਹੀਂ ਤੂੰ, ਤੈਨੂੰ ਛੱਡ ਦਾਂਗੇ। ਦੇਖ ਕੀ ਤੁਹਾਨੂੰ ਜਾਣਦੇ ਨਹੀਂ ਸੀ, ਤੁਹਾਡਾ ਘਰ ਕਿਵੇਂ ਜਾਣਦੇ ਸੀ ਉਹ? ਘਰ ਮੈਂ ਲੈ ਕੇ ਗਈ ਜੀ ਉਹਨਾਂ ਨੂੰ। ਅੱਛਾ, ਹਾਂਜੀ, ਤੁਹਾਨੂੰ ਕੀ ਕਹਿ ਕੇ ਗਏ ਆ ਜਾਣ ਵੇਲੇ? ਉਹ ਕਹਿੰਦੇ ਸਾਡਾ ਨਾਂ ਨਾ ਲਈ।
ਅੱਛਾ ਤੁਹਾਨੂੰ ਮਾਰ ਦੇਣਗੇ ਵੀ ਤੁਸੀਂ ਜਾਣਦੇ ਉਹਨਾਂ ਨੂੰ ਨਹੀਂ ਜੀ ਮੈਂ ਜਾਣਦੀ ਕਿੱਥੋਂ ਦੇ ਬੰਦੇ ਆ ਉਹ ਬੰਦੇ ਨਹੀਂ ਜਾਣਦੀ ਜੀ ਕਾਸਤੇ ਆਏ ਸੀ ਤੇ ਤੁਹਾਨੂੰ ਕਾਸਤੇ ਛੱਡ ਕੇ ਆਏ ਉਹ ਤੁਰਕੇ ਛੱਡ ਕੇ ਗਏ ਤੁਰਕੀ ਆਏ ਸੀਗੇ ਕਿੰਨੇ ਜਾਣੇ ਸੀ ਦੋ ਜਾਣੇ ਜੀ ਠੀਕ ਹੈ ਟਾਈਮ ਕਿੰਨੇ ਕੁ ਵਜੇ ਦਾ ਸੀਗਾ ਉਹਨਾਂ ਚੋਂ ਟਾਈਮ 10 ਵਜੇ ਤਾਂ ਮਾਰਤਾ ਸੀਗੇ ਜੀ ਤੇ ਪੂਰੇ 11 ਵਜੇ ਮੈਨੂੰ ਘਰੇ ਛੱਡ ਕੇ ਗਏ ਜੀ ਤੁਸੀਂ ਇਹਦੀ ਸੂਚਨਾ ਥਾਣੇ ਜਾਂ ਹੋਰ ਕਿਤੇ ਕਿਉਂ ਨਹੀਂ ਦਿੱਤੀ ਪਹਿਲਾਂ ਮੈਨੂੰ ਡਰਾਤਾ ਜੀ ਉਹਨਾਂ ਨੇ ਤੁਹਾਡਾ ਮੇਰਾ ਨਾਮ ਲੱਭੀ ਸਿੰਘ ਲੱਭੀ ਪਤਾਨ ਕੀ ਹੋਇਆ ਜੀ ਕੀ ਗੱਲਬਾਤ ਸੀ ਕੀ ਕੌਣ ਸੀਗੇ ਤੇ ਇੱਥੇ ਕੀ ਕਰ ਰਹੇ ਸੀਗੇ ਇਹ ਸਾਡੇ ਹੀ ਪਿੰਡ ਦਾ ਵਿਅਕਤੀ ਸੀਗਾ ਬਚਿੱਤਰ ਸਿੰਘ ਬੱਗਾ ਖਾਲਸਾ ਜੀ ਇਹ ਜਸਵੀਰ ਸਿੰਘ ਇਹ ਇਹਨਾਂ ਨੇ ਲੰਗਰ ਲਾਇਆ ਸੀਗਾ 3-4 ਦਿਨ ਪਹਿਲਾਂ ਇੱਥੇ ਇਹਨਾਂ ਨੇ ਲੰਗਰ 'ਤੇ ਡਿਊਟੀ ਸੀਗੀ ਇਹਨਾਂ ਦੀ ਕਾਹਦੇ ਸੰਬੰਧ 'ਚ ਲਾਇਆ ਸੀ ਇਹ ਲੰਗਰ ਅਸੀਂ ਸ਼ਹੀਦੀ ਦਿਹਾੜਾ ਨੂੰ ਲੈ ਕੇ ਇਹਨਾਂ ਨੇ ਲੰਗਰ ਚਲਾਇਆ ਹੋਇਆ ਸੀਗਾ 3-4 ਦਿਨ ਹੋ ਗਏ ਤਾਂ ਉਹਦੇ ਕਰਕੇ ਹੀ ਇੱਥੇ ਰਾਤ ਨੂੰ ਰਹਿੰਦੇ ਸੀਗੇ ਅਤੇ ਰਾਤ ਅਚਾਨਕ ਕਿਸੇ ਨੇ ਇਹਦੇ ਸਿਰ 'ਤੇ ਰਾੜਾ ਮਾਰ ਕੇ ਇਹਨਾਂ ਦਾ ਕਤਲ ਕਰ ਦਿੱਤਾ ਨਹੀਂ ਇਹ ਇਕੱਲੇ ਰਹਿੰਦੇ ਸੀ ਇਹਨਾਂ ਦੇ ਨਾਲ ਹੋਰ ਕੌਣ ਰਹਿੰਦਾ ਸੀ ਇਹਨਾਂ ਦੇ ਨਾਲ ਫਿਲਹਾਲ ਤਾਂ ਇੱਥੇ ਇਕੱਲੇ ਹੀ ਹੁੰਦੇ ਸੀ ਕਦੇ ਕਦੇ 1-2 ਬੰਦੇ ਆ ਜਾਂਦੇ ਸੀਗੇ ਜੀ ਰਾਤ ਇਹ ਇਕੱਲੇ ਸੀਗੇ ਨਾਲ ਇਹਨਾਂ ਦੀ ਘਰਵਾਲੀ ਸੀਗੀ ਇੱਥੇ ਇਸੇ ਕਰਕੇ ਰਾਤ ਇਕੱਲੀ ਸੀਗੀ ਇਹ ਕੌਣ ਕੀ ਸੀਗੇ ਘਰ ਤੁਹਾਡੇ ਘਰ ਵਾਲੇ ਸੀ ਕੀ ਨਾਮ ਸੀ ਕੀ ਗੱਲ ਹੋਈ ਹੈ ਜੀ ਕਿਵੇਂ ਇਹ ਜੀ ਕਹਿੰਦੇ ਆ ਗਏ ਉਹ ਭਾਈ ਕਹਿੰਦੇ ਪ੍ਰਸ਼ਾਦਾ ਛਕ ਲਓ ਉਹ ਕਹਿੰਦੇ ਨਹੀਂ ਛਕਣਾ ਇਹਨੂੰ ਕਹਿੰਦੇ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਅਤੇ ਮੁੜ ਕੇ ਇਹਦੀ ਧੌਣ 'ਚ ਮਾਰੀ ਅਤੇ ਧੌਣ 'ਚ ਮਾਰ ਮੁੜ ਕੇ ਦੂਜੀ ਮਾਰੀ ਨਾ ਮਰਿਆ ਤੀਜੀ ਮਾਰੀ ਤਾਂ ਮਾਰ ਗਿਆ ਮਰ ਗਿਆ ਨਹੀਂ ਨਹੀਂ ਕੌਣ ਬੰਦੇ ਸੀ ਤੁਹਾਨੂੰ ਪਛਾਣ ਸੀ ਫਿਰ ਕੀ ਹੋਇਆ ਉਹਦੇ ਬੰਦੇ ਸੀਗੇ ਕਿ ਬੋਲੇ ਸੀਗੇ ਜੀ ਮੂੰਹ ਸਿਰ ਢਕੇ ਹੋਏ ਸੀਗੇ ਇੱਕ ਦਾ ਮੂੰਹ ਢਕਿਆ ਸੀਗਾ ਜਿਹੜੇ ਨੇ ਮਾਰਿਆ ਰੋਂਦੇ ਰੋਂਦੇ ਆਵੋਗੇ ਤੇ ਹੱਸਦੇ ਹੱਸਦੇ ਜਾਵੋਗੇ ਸਮੱਸਿਆ ਹੈ ਤਾਂ ਇਸ ਦਾ ਸਮਾਧਾਨ ਵੀ ਮੀਆਂ ਸਮੀਰ ਖਾਨ ਜੀ ਹਰ ਸਮੱਸਿਆ ਦਾ ਹੱਲ 100% ਗਰੰਟੀ ਦੇ ਨਾਲ ਸਮੱਸਿਆ ਕੰਮਕਾਰ ਦਾ ਮੰਦਾ ਹੋਣਾ ਸੰਤਾਨ ਦਾ ਨਾ ਹੋਣਾ ਕਿੱਤਾ ਕਿਰਾਇਆ ਲਵ ਮੈਰਿਜ ਪੱਕੀ ਲਾਟਰੀ ਜਿਵੇਂ ਚਾਹੋਗੇ ਓਵੇਂ ਸਮੱਸਿਆ ਦਾ ਹੱਲ ਪਾਓਗੇ ਹੁਣੇ ਸੰਪਰਕ ਕਰੋ 90-562-21-721